ਤੁਸੀਂ ਪਲੀਜ਼ ਜੋ ਮੈਂ ਬੋਲਣੇ ਬੋਲਣ ਦੇ। ਕੈਨੇਡਾ ਦੌਰੇ ਦੌਰਾਨ ਹਿੰਦੀ ਦੀ ਹਮਾਇਤ ਕਰਨ ਵਾਲੇ ਗੁਰਦਾਸ ਮਾਨ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹਿੰਦੀ ਨੂੰ ਮਾਸੀ ਆਖ ਕੇ ਗੁਰਦਾਸ ਮਾਨ ਨੇ ਜਿਵੇਂ ਵਿਵਾਦਾਂ ਨਾਲ ਨਾਤਾ ਜੋੜ ਲਿਆ। ਬਲਦੀ ਵਿੱਚ ਅੱਗ ਪਾਉਣ ਦਾ ਕੰਮ ਕੀਤਾ, ਗੁੱਸੇ ਵਿੱਚ ਹੋਈ ਇੱਕ ਗਲਤੀ ਨੇ। ਜਦੋਂ ਗੁਰਦਾਸ ਮਾਨ ਦਾ ਵਿਰੋਧ ਹੁੰਦਾ ਦੇਖ ਸਟੇਜ ਤੋਂ ਹੀ ਅਪਸ਼ਬਦਾਂ ਦਾ ਇਸਤੇਮਾਲ ਕਰ ਦਿੱਤਾ। ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਪੰਜਾਬ ਆ ਚੁੱਕੇ ਨੇ ਤੇ ਲਗਾਤਾਰ ਆਪਣੇ ਬਿਆਨਾਂ ਤੇ ਸਪਸ਼ਟੀਕਰਨ ਦੇ ਰਹੇ ਨੇ। ਵਿਵਾਦਾਂ ਦਰਮਿਆਨ ਗੁਰਦਾਸ ਮਾਨ ਅੱਜ ਜਲੰਧਰ ਤੋਂ ਆਪਣੇ ਪਰਿਵਾਰ ਸਮੇਤ ਨਕੋਦਰ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਜਗਬਾਣੀ ਨਾਲ ਖਾਸ ਗੱਲਬਾਤ ਕਰਦੇ ਹੋਏ ਗੁਰਦਾਸ ਮਾਨ ਨੇ ਇੱਕ ਵਾਰ ਫੇਰ ਦੁਹਰਾਇਆ ਕਿ ਉਸਨੇ ਜੋ ਵੀ ਕਿਹਾ ਉਹ ਉਸਦੀ ਨਿੱਜੀ ਰਾਏ ਹੈ ਤੇ ਉਸਦੀ ਨਿੱਜੀ ਰਾਏ ਨੂੰ ਇੰਨੀ ਤਵੱਜੋ ਕਿਉਂ ਦਿੱਤੀ ਜਾ ਰਹੀ ਹੈ। ਫਿਲਹਾਲ ਇਹ ਵਿਵਾਦ ਗੁਰਦਾਸ ਮਾਨ ਦਾ ਪਿੱਛਾ ਕਦੋਂ ਛੱਡਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਬੋਲੀ ਨੂੰ ਚਾਹੁਣ ਵਾਲੇ ਗੁਰਦਾਸ ਮਾਨ ਦੇ ਇਸ ਬਿਆਨ ਤੋਂ ਕਾਫੀ ਦੁਖੀ ਨੇ। ਇੱਕ ਮਿੰਟ, ਮੈਂ ਸਾਰਿਆਂ ਨੂੰ ਇਹ ਹਮੇਸ਼ਾ, ਮੈਂ ਕੱਲ ਵੀ ਉਤਰਿਆ ਸੀਗਾ, ਉਦੋਂ ਕਿਹਾ ਸੀਗਾ ਕਿ ਰੱਬ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ ਔਰ ਹਮੇਸ਼ਾ ਖੁਸ਼ੀ ਔਰ ਖੁਸ਼ਹਾਲੀ ਰਹੇ, ਏਕਾ ਇਤਫਾਕ ਪਿਆਰ ਮੁਹੱਬਤ ਬਣਿਆ ਰਹੇ। ਇਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਕੁਛ ਨਹੀਂ ਰੱਖਿਆ, ਮੇਰੀ ਜ਼ਾਤੀ ਰਾਏ ਹੈ। ਮੇਰੀ ਜ਼ਾਤੀ ਰਾਏ ਨੂੰ ਇੰਨਾ ਪਕੜ ਕੇ ਕਿਉਂ ਚੱਲਣ ਦੀ ਲੋੜ ਹੈ ਬਾਬਾ? ਹੈ ਸਭ ਨੂੰ ਸਮੱਤ ਬਖਸ਼ੇ, ਸਦਬੁੱਧੀ ਬਖਸ਼ੇ, ਸਦਭਾਵਨਾ ਬਖਸ਼ੇ। ਸ਼ਰਾਰਤੀ ਤਾਂ ਸਭ ਜਗ੍ਹਾ 'ਤੇ ਪ੍ਰਭੂ, ਤੁਸੀਂ ਪਲੀਜ਼ ਜੋ ਮੈਂ ਬੋਲਣ ਦੇ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਵੀ ਗੁਰਦਾਸ ਮਾਨ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੰਦੇ ਹੋਏ ਦਿਖਾਈ ਦਿੱਤੇ ਸਨ। ਇੰਨਾ ਹੀ ਨਹੀਂ, ਗੁਰਦਾਸ ਮਾਨ ਨੇ ਲੋਕਾਂ ਅੱਗੇ ਹੱਥ ਵੀ ਜੋੜੇ ਸਨ ਪਰ ਨਾਲ ਹੀ ਕਿਹਾ ਸੀ ਕਿ ਵਿਰੋਧ ਹੁੰਦਾ ਹੈ ਤਾਂ ਹੋ ਹੀ ਜਾਵੇ। ਜਿੱਥੇ ਵੀ ਜਿਹੜੇ ਜਿਹੜੇ ਬੈਠੇ, ਜਿਹੜਾ ਵੀ ਵਿਰੋਧ ਕਰ ਰਿਹਾ, ਨੋ ਪ੍ਰੋਬਲਮ। ਬੱਤੀ ਦਾ ਕੀ ਮਤਲਬ? ਬੱਤੀ ਜਿਹੜੀ, ਬੱਤੀ ਦੀ ਗੱਲ ਕੀਤੀ ਜਾ ਰਹੀ ਵਿਵਾਦ ਦੇ ਵਿੱਚ? ਉਹ ਤਾਂ ਗੱਡੀ ਤੇ ਵੀ ਲੱਗਦੀ ਹੈ। ਹਾਂਜੀ ਹਾਂ। ਜਲੰਧਰ ਤੋਂ ਸੁਨੀਲ ਮਹਾਜਨ, ਜਗਬਾਣੀ ਟੀਵੀ।